ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਕੋਲਕਾਤਾ ਤੋਂ ਅਕਾਲ ਚੈਨਲ ਦੇ ਰਾਹੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਆ ਕਿ ਬਰਗਾੜੀ ਵਿਖੇ ਜਿਹੜਾ ਮੋਰਚਾ 1 ਜੂਨ ਤੋਂ ਲਗਾਤਾਰ ਚੱਲ ਰਿਹਾ ਹੈ, ਜਿਸ ਦੀ ਅਗਵਾਈ ਜਥੇਦਾਰ ਧਿਆਨ ਸਿੰਘ ਮਨਜੀ ਕਰ ਰਹੇ ਹਨ, ਅਤੇ ਉਹਨਾਂ ਦੇ ਸਮਰਥਨ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਉਮੜ ਕੇ ਉਸ ਬਰਗਾੜੀ ਮੋਰਚੇ ਵਿੱਚ ਸ਼ਾਮਿਲ ਹੋ ਰਹੀਆਂ ਹਨ। ਅਤੇ ਲਗਾਤਾਰ ਡੇ 1 ਤੋਂ ਅਕਾਲ ਚੈਨਲ ਉਸ ਮੋਰਚੇ ਦਾ ਲਾਈਵ ਟੈਲੀਕਾਸਟ ਵੀ ਕਰਦਾ ਆ ਰਿਹਾ ਹੈ। ਉਸ ਮੋਰਚੇ ਦਾ ਪ੍ਰਭਾਵ ਜਿੱਥੇ ਕਿ ਦੇਸ਼ ਵਿਦੇਸ਼ਾਂ ਤੱਕ ਪਿਆ, ਹੁਣ ਬੰਗਾਲ ਦੇ ਵਸਨੀਕ ਸਿੱਖ ਸਮਾਜ 'ਤੇ ਵੀ ਆ ਕੇ ਪਿਆ ਹੈ। ਇੱਥੋਂ ਦੇ ਸਿੱਖਾਂ ਨੇ ਮਨ ਬਣਾ ਕੇ ਇੱਥੋਂ ਦੀ ਤਿਆਰੀ ਕਰਕੇ ਜਥੇਦਾਰ ਮੰਡ ਸਿੰਘ ਦੇ ਸਮਰਥਨ ਦੇ ਵਿੱਚ ਬਰਗਾੜੀ ਮੋਰਚਾ ਗੁਰਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ 'ਤੇ ਇਕੱਠ ਕੀਤਾ ਹੈ। ਤੁਸੀਂ ਆਪ ਦੇਖ ਰਹੇ ਹੋ, ਜਿੱਥੇ ਜਿੱਥੇ ਕੈਮਰਾ ਜਾ ਰਿਹਾ ਉੱਥੇ ਉੱਥੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸੰਗਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਦੇ ਵਿੱਚ ਆਪਣੀ ਏਕਤਾ ਦਾ ਸਬੂਤ ਦੇ ਰਹੀ ਹੈ ਅਤੇ ਆਪਸੀ ਪਿਆਰ ਅਤੇ ਸਾਂਝ ਦਾ ਸਬੂਤ ਦੇ ਰਹੀ ਹੈ। ਇਸ ਜੱਥੇ ਦੇ ਵਿੱਚ ਕਲਕੱਤੇ ਦੀਆਂ ਸਾਰੀਆਂ ਜਥੇਬੰਦੀਆਂ, ਉੱਘੇ ਸਿੱਖ ਸਮਾਜ, ਵਿਦਵਾਨ, ਪੜ੍ਹੇ ਲਿਖੇ ਵਪਾਰੀਗਣ ਸਾਰੇ ਆਦਿ ਸ਼ਾਮਿਲ ਹਨ। ਸਟੂਡੈਂਟ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਹੀ ਹਰ ਵਰਗ ਤੋਂ ਇਸ ਜੱਥੇ ਵਿੱਚ ਆ ਕੇ ਸ਼ਾਮਿਲ ਹੋਏ ਹਨ। ਇਹ ਸਾਰੇ ਬੈਨਰ ਦੇ ਵਿੱਚ ਆਪ ਜੀ ਨੂੰ ਵੇਰਵੇ ਸਹਿਤ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਪਿਆਰ ਦਾ ਸਬੂਤ ਦਿੰਦੇ ਹੋਏ, ਇੱਕ ਏਕਾ ਅਤੇ ਇੱਕ ਸਾਂਝ ਕਰਦੇ ਹੋਏ ਇਹ ਸਾਰਾ ਜਿਹੜਾ ਉਪਰਾਲਾ ਕੀਤਾ ਹੈ। ਅਸੀਂ ਦੇਖ ਰਹੇ ਕੋਲਕਾਤਾ ਤੋਂ ਰੋਸ ਮਾਰਚ ਯਾਤਰਾ ਇਸ ਬੈਨਰ ਦਾ ਮੁੱਖ ਅੰਗ ਹੈ, ਅਤੇ ਇਸ ਜੱਥੇ ਦੀ ਅਗਵਾਈ ਸਰਦਾਰ ਚੇਤਨ ਸਿੰਘ ਜੀ ਕਰ ਰਹੇ ਹਨ, ਅਤੇ ਕੋਆਰਡੀਨੇਟਰ ਦੇ ਵਿੱਚ ਮਨਜੀਤ ਸਿੰਘ ਜੀਤਾ ਵੀਰ ਜੀ, ਜਿਹੜੇ ਕਲਕੱਤੇ ਵਿੱਚ ਸਿੱਖ ਸਮਾਜ ਵਿੱਚ ਹਰ ਪੰਥ ਦੀ ਸੇਵਾ ਦੇ ਵਿੱਚ ਮੂਹਰੇ ਆ ਕੇ ਸੇਵਾ ਕਰਦੇ ਹਨ, ਭਾਈਚਾਰੇ ਦੇ ਨਾਲ ਆਪਣੀ ਸਾਂਝ ਪਾਉਂਦੇ ਹਨ। ਮੈਂ ਕੈਮਰੇ ਨੂੰ ਕਲੋਜ਼ ਆਉਣ ਦੇ ਲਈ ਕਹਾਂਗਾ, ਅਤੇ ਸਭ ਤੋਂ ਪਹਿਲਾਂ ਇਸ ਜੱਥੇ ਨੂੰ ਅਸੀਂ ਮੁਬਾਰਕਬਾਦ ਵੀ ਦੇਵਾਂਗੇ, ਅਤੇ ਨਾਲ ਹੀ ਅਸੀਂ ਸਾਂਝ ਕਰਾਂਗੇ ਇਹਨਾਂ ਦੇ ਵਿਚਾਰਾਂ ਨੂੰ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਸਾਰਾ ਜੱਥਾ ਬਰਗਾੜੀ ਮੋਰਚਾ ਜਾ ਰਿਹਾ ਜੀ? ਹਾਂਜੀ। ਇਸ ਬਰਗਾੜੀ ਮੋਰਚੇ ਦੇ ਜਾਣ ਦੇ ਪਿੱਛੇ ਬੰਗਾਲ ਦੇ ਜਿਹੜਾ ਸਿੱਖ ਸਮਾਜ ਹੈ ਅੱਜ ਜਿਹੜਾ ਇਕਜੁੱਟ ਹੋਇਆ ਹੈ, ਉਹਦੇ ਪਿੱਛੇ ਤੁਹਾਡੀ ਜਿਹੜੀ ਸੋਚ ਹੈ ਜਾਂ ਇਹ ਜਿਹੜੀ ਆਪਸੀ ਏਕਤਾ ਹੈ ਉੱਥੇ ਜਾ ਕੇ ਉਹਨਾਂ ਦਾ ਸਮਰਥਨ ਦੇਣ ਦੀ, ਸੰਖੇਪ ਵਿੱਚ ਤੁਹਾਡੇ ਸ਼ਬਦ ਅਤੇ ਵਿਚਾਰ ਕੀ ਹੋਣਗੇ ਅਕਾਲ ਚੈਨਲ ਦੇ ਰਾਹੀਂ ਲਾਈਵ ਟੈਲੀਕਾਸਟ ਚੱਲ ਰਿਹਾ, ਆਪ ਜੀ ਦੱਸੋ ਜੀ। 2 ਸਾਲ ਦੇ ਕਰੀਬ ਹੋ ਗਏ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਨੂੰ, ਜਿਹਦਾ ਅੱਜ ਤੱਕ ਕੋਈ ਨਤੀਜਾ ਨਹੀਂ ਨਿਕਲ ਪਾਇਆ। ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਬਰਗਾੜੀ ਮੋਰਚਾ ਲੱਗਾ ਹੋਇਆ ਹੈ, ਅਤੇ ਕਲਕੱਤੇ ਦੀ ਸਿੱਖ ਸੰਗਤ ਬਰਗਾੜੀ ਮੋਰਚੇ 'ਚ ਸ਼ਾਮਿਲ ਹੋਣ ਜਾ ਰਹੀ ਹੈ ਜਥੇਦਾਰ ਦੇ ਸਮਰਥਨ ਦੇ ਵਿੱਚ। ਅਤੇ ਜਦੋਂ ਵੀ ਹਾਲਾਤ ਕੋਈ ਕੌਮ ਦੇ ਮਤਲਬ ਐਸੇ ਆਉਂਦੇ ਹਨ, ਤਾਂ ਫਿਰ ਕੁਛ ਮਸ਼ੀਨਰੀ ਵਾਲੇ, ਕੁਛ ਮਸੰਦ ਉਹਨਾਂ ਨੂੰ ਮੌਕਾ ਮਿਲ ਜਾਂਦਾ ਹੈ ਅਤੇ ਕੌਮ ਨੂੰ ਹੋਰ ਢਾਹ ਲਾਉਣ ਦੀ ਅਤੇ ਕਮਜ਼ੋਰ ਕਰਨ ਦੀ। ਇਸ ਕਰਕੇ ਬੰਗਾਲ ਅਤੇ ਕਲਕੱਤੇ ਦੀ ਸੰਗਤ ਅਕਾਲ ਤਖ਼ਤ ਅਤੇ ਦਮਦਮੀ ਟਕਸਾਲ ਦੇ ਪੱਖ ਵਿੱਚ ਹੈ, ਅਤੇ ਹਰ ਫੈਸਲਾ ਅਕਾਲ ਤਖ਼ਤ ਅਤੇ ਦਮਦਮੀ ਟਕਸਾਲ ਦਾ ਮੰਨਣ ਨੂੰ ਤਿਆਰ ਹੈ। ਪਰ ਜਿਹੜੇ ਸਰਮੋਰ ਅਕਾਲ ਤਖ਼ਤ ਅਤੇ ਦਮਦਮੀ ਟਕਸਾਲ 'ਚ ਮੁਖੀ ਜਨ ਹਨ, ਉਹਨਾਂ ਨੂੰ ਵੀ ਬਹੁਤ ਸੋਚ ਸਮਝ ਕੇ ਆਪਦਾ ਫੈਸਲਾ ਲੈਣਾ ਚਾਹੀਦਾ ਹੈ, ਕਿ ਉਹਨਾਂ ਦਾ ਫੈਸਲਾ ਕਿਸੇ ਵੇਲੇ ਵੀ ਕੋਈ ਵੀ ਕਮੀ ਆਉਣ ਦੇ ਨਾਲ ਪੂਰੀ ਕੌਮ ਨੂੰ ਨਾਮੋਸ਼ੀ ਖੱਟਣੀ ਪੈਂਦੀ ਹੈ। ਤੁਸੀਂ ਤਾਂ ਪੰਜਾਬ ਦੀ ਧਰਤੀ ਤੋਂ 2000 ਕਿਲੋਮੀਟਰ ਦੂਰ ਬੈਠੇ ਸਿੱਖ ਸਮਾਜ ਹੋ, ਤੁਹਾਨੂੰ ਪਤਾ ਹੋਵੇਗਾ ਕਿ ਉਦੋਂ ਅਕਾਲੀਆਂ ਦੀ ਆਪਣੀ ਸਰਕਾਰ ਸੀ ਅਤੇ ਪੰਥ ਰਾਜ ਕਰ ਰਿਹਾ ਸੀ ਸਰਕਾਰੀ ਰੂਪ ਦੇ ਵਿੱਚ ਜਦੋਂ ਇਹ ਹਾਦਸਾ ਵਾਪਰਿਆ। ਤੁਹਾਨੂੰ ਕੀ ਮਹਿਸੂਸ ਨਹੀਂ ਹੁੰਦਾ ਇਹ ਇਨਸਾਫ ਉਦੋਂ ਆਸਾਨੀ ਨਾਲ ਹੋ ਜਾਣਾ ਚਾਹੀਦਾ ਸੀ ਜਿਹੜਾ ਅੱਜ ਇੱਕ ਜਟਿਲ ਸਮੱਸਿਆ ਬਣ ਗਈ ਹੈ? ਅਕਾਲੀ ਸਰਕਾਰ 'ਤੇ ਬਹੁਤ ਉਮੀਦ ਸੀਗੀ, ਪਰ ਅਕਾਲੀ ਸਰਕਾਰ ਨੇ ਆਪਦੀ ਰਾਜਨੀਤਿਕ ਖਾਤਰ ਅਤੇ ਕੁਛ ਡੇਰਾ ਸਮਰਥਕਾਂ ਨੂੰ ਬਚਾਉਣ ਵਾਸਤੇ ਜੋ ਉਹਨਾਂ ਨੇ ਗਲਤੀ ਕੀਤੀ, ਅੱਜ ਉਹਨਾਂ ਨੂੰ ਵੀ ਇਸ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ ਅਤੇ ਕੌਮ ਨੂੰ ਵੀ। ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਦੇ ਸਿੱਖ ਸਮਾਜ ਦੇ ਲਈ ਅਤੇ ਜਿਹੜਾ ਬਰਗਾੜੀ ਮੋਰਚਾ ਉੱਥੇ ਦੀ ਇਨਸਾਫ ਦੇ ਲਈ, ਤੁਹਾਡੇ ਆਪਣੀ ਮੰਗ ਦੇ ਸ਼ਬਦ ਕੀ ਹੋਣਗੇ ਅਕਾਲ ਚੈਨਲ ਦੇ ਰਾਹੀਂ, ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਤਾਂ ਸਭ ਤੋਂ ਪਹਿਲਾਂ ਅਕਾਲ ਚੈਨਲ ਦਾ ਧੰਨਵਾਦ ਕਰਾਂਗੇ, ਬੇਟਾ ਜਿਹੜਾ ਅਕਾਲ ਚੈਨਲ ਕਲਕੱਤੇ ਆ ਕੇ
ਅਤੇ ਇਸ ਬਰਗਾੜੀ ਮੋਰਚੇ ਵਾਸਤੇ ਸਾਡੇ ਨਾਲ ਮਤਲਬ ਜੁੜਿਆ ਹੈ ਅਤੇ ਦੂਜਾ ਛੇਤੀ ਤੋਂ ਛੇਤੀ ਕਾਂਗਰਸ ਸਰਕਾਰ ਨੂੰ ਇਸ ਦਾ ਫੈਸਲਾ ਕਰ ਲੈਣਾ ਚਾਹੀਦਾ। ਅਸੀਂ ਹੁਣੇ ਹੁਣੇ ਉੱਘੇ ਸਮਾਜ ਸੇਵੀ ਸਰਦਾਰ ਮਨਜੀਤ ਸਿੰਘ ਜੀਤਾ ਜੀ ਪਾਸੋਂ ਉਹਨਾਂ ਦੇ ਪ੍ਰਭਾਵੀ ਬਿਆਨ ਸੁਣੇ ਹਨ। ਉਹਨਾਂ ਨੇ ਦੋ ਗੱਲਾਂ ਬਹੁਤ ਅਹਿਮ ਕਹੀਆਂ ਹਨ। ਇੱਕ ਤਾਂ ਉਹਨਾਂ ਨੇ ਕਿਹਾ ਹੈ ਕਿ ਅਕਾਲੀਆਂ ਨੇ ਸੱਤਾ ਸੁੱਖ ਦੇ ਚਲਤੇ ਸੱਤਾ ਦਾ ਸੁੱਖ ਮਾਣਨ ਦੇ ਲਈ ਇਸ ਇਨਸਾਫ ਕਰਨ ਤੋਂ ਵਾਂਝੇ ਰਹਿ ਗਏ। ਦੂਜਾ, ਜਥੇਦਾਰਾਂ ਨੂੰ ਅਤੇ ਹੋਰ ਜਿਹੜੇ ਵੱਡੇ ਅਹੁਦੇਦਾਰ ਹਨ ਉਹਨਾਂ ਨੂੰ ਫੈਸਲਾ ਲੈਣ ਵੇਲੇ ਜ਼ਰੂਰ ਸੋਚਣਾ ਚਾਹੀਦਾ ਹੈ। ਸਾਡੇ ਵਿਚਕਾਰ ਟੀਮ ਐਡਮਿਨ ਦੇ ਨਾਂ 'ਤੇ ਸਰਦਾਰ ਲਖਵੀਰ ਸਿੰਘ ਅਤੇ ਇੰਦਰਜੀਤ ਸਿੰਘ ਹੈਪੀ, ਉਹ ਸਾਡੇ ਸਨਮੁੱਖ ਕਿਰਪਾ ਕਰਕੇ ਆਉਣ। ਸਾਹਮਣੇ ਲਖਵੀਰ ਸਿੰਘ ਜੀ ਹਨ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇ ਰਾਹੀਂ ਆਪ ਜੀ ਸਾਰੇ ਦੇਖ ਰਹੇ ਦੁਨੀਆ ਭਰ ਦੇ ਦਰਸ਼ਕਾਂ ਨੂੰ ਦੱਸੋ, ਬਰਗਾੜੀ ਮੋਰਚਾ ਦੀ ਤੁਹਾਡੀ ਜਿਹੜੀ ਇੱਥੋਂ ਤਿਆਰੀ ਹੋ ਰਹੀ ਹੈ, ਤੁਸੀਂ ਜੋ ਜੱਥੇ ਸਮੇਤ ਉੱਥੇ ਪਹੁੰਚਣ ਜਾ ਰਹੇ ਹੋ, ਤੁਹਾਡੀਆਂ ਤਿਆਰੀਆਂ ਦੇ ਵਿੱਚ ਇੱਥੇ ਦੀਆਂ ਸਿੱਖ ਸੰਗਤਾਂ ਦੀਆਂ ਜਿਹੜੀਆਂ ਭਾਵਨਾਵਾਂ ਹਨ, ਤੁਹਾਡੀ ਆਪਣੀ ਜਿਹੜੀ ਘੱਟੋ ਘੱਟ ਸ਼ਬਦਾਂ ਦੇ ਵਿੱਚ ਉੱਥੇ ਜੁੜਨ ਵਾਲੀ ਗੱਲ ਕਿਹੜੀ ਹੈ, ਤੁਸੀਂ ਸਾਂਝੀ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਸਿੱਖਾਂ ਵਾਸਤੇ ਸਭ ਤੋਂ ਵੱਡੀ ਇੱਕ ਸਾਡੇ ਵਾਸਤੇ ਆਸਥਾ ਦੀ ਚੀਜ਼ ਹੈ। ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਸਾਡੇ ਵਾਸਤੇ ਕੁਛ ਵੀ ਨਹੀਂ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਉਹ ਸਾਡੇ ਵਾਸਤੇ ਸਹਿਣ ਤੋਂ ਬਾਹਰ ਸੀਗਾ। ਅਤੇ ਜਿਸ ਦਿਨ ਦਾ ਮੋਰਚਾ ਲੱਗਾ ਹੈ 1 ਜੂਨ ਤੋਂ, ਉਸ ਦਿਨ ਤੋਂ ਹੀ ਕਲਕੱਤੇ ਦੀ ਸੰਗਤ ਦੇ ਮਨ ਦੇ ਵਿੱਚ ਇਹ ਸੀਗਾ ਕਿ ਚਾਹ ਸੀ ਕਿਸ ਵੇਲੇ ਹੋਵੇ ਕਿ ਜਾ ਕੇ ਸੰਗਤਾਂ ਦਾ ਨਾਲ ਮੰਡ ਸਾਹਿਬ ਦੀ ਅਗਵਾਈ ਦੇ ਵਿੱਚ ਜੋ ਮੋਰਚਾ ਲੱਗਿਆ ਉਸ ਜਾ ਕੇ ਸਹਿਯੋਗ ਹੋਈਏ, ਜਾ ਕੇ ਸ਼ਾਮਲ ਹੋਈਏ। ਬਿਲਕੁਲ, ਇਹ ਸਹੀ ਗੱਲ ਕਹੀ। ਫਿਰ ਤਿਆਰੀ ਕਿੱਦਾਂ ਤੁਹਾਡੀ ਬਣੀ, ਜਦੋਂ ਤੋਂ ਇੰਨੇ ਦਿਨਾਂ ਤੋਂ ਇਹ ਲਟਕ ਰਿਹਾ ਸੀ ਤੁਹਾਡੇ ਮਨ 'ਚ ਖਿਆਲ, ਅਚਾਨਕ ਤੁਹਾਡੀਆਂ ਸਾਰੀ ਆਪਸੀ ਜਿਹੜੀ ਹੈ ਇਕੱਠ ਕਿੱਦਾਂ ਬਣਿਆ, ਇਹ ਗੱਲ ਕਿੱਦਾਂ ਬਣੀ? ਦੇਖੋ, ਸਾਰੇ ਆਪਾਂ ਪ੍ਰਦੇਸ਼ਾਂ ਦੇ ਵਿੱਚ ਬੈਠੇ ਹਾਂ ਅਤੇ ਬਹੁਤ ਸਭ ਦੀਆਂ ਆਪੋ ਆਪਣੀ ਕੋਈ ਕਮਜ਼ੋਰੀਆਂ ਹੁੰਦੀਆਂ, ਕੋਈ ਸਾਡੇ ਵਿੱਚ ਕੋਈ ਤਿਆਰੀਆਂ ਕਰਨ 'ਚ ਵੀ ਟਾਈਮ ਲੱਗ ਜਾਂਦਾ। ਇਸ ਵਾਸਤੇ ਅਸੀਂ ਸਾਰੀਆਂ ਸੰਗਤਾਂ ਨੂੰ ਇਕੱਠਾ ਕਰਕੇ ਅਤੇ ਮੋਰਚਾ ਅਸੀਂ ਜੋ ਰੋਸ ਮਾਰਚ ਹੈ ਅੱਜ ਸਰ ਜਥੇ ਦੇ ਰੂਪ ਦੇ ਵਿੱਚ ਅਸੀਂ ਅੱਜ ਚੱਲੇ ਹਾਂ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਬੇਅਦਬੀ ਕਰਨ ਵਾਲੇ ਜੋ ਦੋਸ਼ੀ ਨੇ ਉਹਨਾਂ ਨੂੰ ਬਹੁਤ ਹੀ ਜਲਦ ਤੋਂ ਜਲਦ, ਕਿਉਂਕਿ ਮਹਾਰਾਜ ਜੋ ਬੋਲਦੇ ਨੇ ਉਹ ਕਰਦੇ ਨੇ ਅਤੇ ਮਹਾਰਾਜ ਪ੍ਰਤੱਖ ਨੇ, ਸਤਿਗੁਰ ਜਾਗਤਾ ਹੈ ਦਿਓ, ਜੋ ਇਹਨਾਂ ਦੀ ਬੇਅਦਬੀ ਕਰਦਾ ਉਹ ਸਾਹਮਣੇ ਆਉਣਾ ਹੀ ਆਉਣਾ ਹੈ, ਅੱਜ ਆ ਜਾਏ ਭਾਵੇਂ ਕੱਲ੍ਹ ਆ ਜਾਏ। ਪਰ ਅਸੀਂ ਸਾਰੀ ਕਲਕੱਤੇ ਦੀ ਸੰਗਤ ਵੱਲੋਂ ਇਸ ਮਾਰਚ ਵਿੱਚ ਸ਼ਾਮਲ ਹੋ ਕੇ ਅਸੀਂ ਆਪਣਾ ਸਹਿਯੋਗ ਦੇਣਾ ਚਾਹੁੰਦੇ ਹਾਂ ਤਾਂ ਕਿ ਅਸੀਂ ਆਪਣਾ ਫਰਜ਼ ਵੀ ਨਿਭਾ ਸਕੀਏ, ਕਿਉਂਕਿ ਅਸੀਂ ਵੀ ਗੁਰੂ ਦੇ ਸਿੱਖ ਹਾਂ। ਇਸ ਯਾਤਰਾ ਵਿੱਚ ਕਿੰਨੇ ਸਿੰਘ ਜਾ ਰਹੇ ਨੇ ਤੁਹਾਡੇ ਨਾਲ? ਇਸ ਯਾਤਰਾ ਵਿੱਚ ਅਸੀਂ ਇੱਥੋਂ ਤਕਰੀਬਨ ਇੱਥੋਂ 35-40 ਸਿੰਘ ਇੱਥੇ ਨੇ, ਬਾਕੀ ਸਾਡੇ ਨਾਲ ਹੋਰ ਸਿੰਘ ਵੀ ਨੇ ਜੋ ਪਹਿਲਾਂ ਸਾਡੇ ਤੋਂ 2 ਦਿਨ ਪਹਿਲਾਂ ਪੰਜਾਬ ਪਹੁੰਚ ਚੁੱਕੇ ਨੇ। ਇਹ ਰਲਾ ਮਿਲਾ ਕੇ ਅਸੀਂ ਘੱਟ ਤੋਂ ਘੱਟ 50-60 ਦੇ ਸਿੰਘ ਅਸੀਂ ਹੋਵਾਂਗੇ ਜੋ ਉੱਥੇ ਪਹੁੰਚਾਂਗੇ। ਅਤੇ ਤੁਹਾਨੂੰ ਸਾਰਿਆਂ ਨੂੰ ਹੀ ਇੱਕ ਸੁਰ 'ਚ ਦੱਸੋ, ਪੂਰਾ ਜੋਸ਼ ਹੈ ਉੱਥੇ ਸ਼ਾਮਲ ਹੋਣ ਦਾ? ਬਹੁਤ ਹੀ ਜ਼ਿਆਦਾ ਜੋਸ਼ ਹੈ ਔਰ ਅੰਦਰ ਬਹੁਤ ਹੀ ਸੋਗ ਵੀ ਹੈ, ਬੈਰਾਗ ਵੀ ਹੈ ਕਿ ਜਿਸ ਗੁਰੂ ਨੂੰ ਅਸੀਂ ਹਰ ਵਕਤ ਨਤਮਸਤਕ ਹੋ ਕੇ ਅਸੀਂ ਜੋ ਚੀਜ਼ਾਂ ਵੀ ਅਸੀਂ ਮੰਗਦੇ ਹਾਂ, ਜੇ ਉਸ ਗੁਰੂ ਦੀ ਬੇਅਦਬੀ ਹੋਵੇ, ਜੇ ਸਾਡੇ ਕੋਈ ਪਿਓ ਦੀ ਦਾੜੀ ਨੂੰ ਕੋਈ ਹੱਥ ਪਾਵੇ, ਇਸ ਤਰ੍ਹਾਂ ਸਾਡੇ ਸਾਡੇ ਦਿਲ ਦਾ ਜੋ ਰੋਸ ਹੈ ਕਿ ਅਸੀਂ ਇਸ ਦਾ ਵਿੱਚ ਸ਼ਾਮਲ ਹੋ ਕੇ ਉਸ ਦੋਸ਼ੀਆਂ ਨੂੰ ਸਜ਼ਾ ਦਵਾ ਸਕੀਏ। ਬਹੁਤ ਬਹੁਤ ਧੰਨਵਾਦ। ਸਾਡੇ ਵਿਚਕਾਰ ਸਨ ਸਰਦਾਰ ਲਖਬੀਰ ਸਿੰਘ ਜੀ, ਇਹਨਾਂ ਨੇ ਬਹੁਤ ਹੀ ਵਧੀਆ ਸ਼ਬਦ ਕਹੇ, ਸਤਿਗੁਰ ਜਾਗਤਾ ਹੈ ਦਿਓ, ਅਰਥਾਤ ਸਾਡਾ ਦੇਵਤਾ ਉਹ ਨਹੀਂ ਹੈ ਜਿਹੜਾ ਪੱਥਰਾਂ ਦੀਆਂ ਮੂਰਤੀਆਂ ਹੈ, ਸਾਡੇ ਦੇਵਤੇ ਵਿਚਾਰ ਸ਼ਕਤੀ ਹੈ ਜੋ ਸਾਡੇ ਅੰਦਰ ਜਾਗਦੇ ਹਨ। ਇਹ ਵਾਰਤਾ ਜਿਹੜਾ ਪਾਤੀ ਤੋੜੇ ਮਾਲਣੀ ਪਾਤੀ ਪਾਤੀ ਜੀਓ ਦੀ ਵਾਰਤਾ ਵਿੱਚ ਉਹਨਾਂ ਨੇ ਇੱਕ ਪੰਕਤੀ ਸਾਨੂੰ ਦੱਸੀ, ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਕਿ ਗੁਰਬਾਣੀ ਨਾਲ ਜੁੜੇ ਸਿੱਖ ਸਾਡੇ ਨਾਲ ਜਾ ਰਹੇ ਨੇ। ਅਤੇ ਦੂਸਰੇ ਐਡਮਿਨ ਹਨ ਸਾਡੇ ਨਾਲ, ਇੰਦਰਜੀਤ ਸਿੰਘ ਜੀ ਹੈਪੀ, ਅਸੀਂ ਉਹਨਾਂ ਨਾਲ ਵੀ ਮੁਖਾਤਿਬ ਹੋ ਰਿਹਾ, ਉਹਨਾਂ ਦੇ ਵੀ ਸ਼ਬਦ ਸੁਣਾਂਗੇ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅਕਾਲ ਚੈਨਲ ਦੇ ਰਾਹੀਂ ਜਾਣਨਾ ਚਾਹਾਂਗੇ ਕਿ ਬਰਗਾੜੀ ਮੋਰਚਾ ਵਿਖੇ ਜੋ ਤੁਹਾਡਾ ਇਹ ਸਿੱਖ ਜਥੇਬੰਦੀਆਂ ਜਾ ਰਹੀਆਂ ਹਨ, ਅਤੇ ਇਸ ਪੈਨਲ ਨੂੰ ਇਕੱਠਾ ਕਰਨ ਦੇ ਵਿੱਚ ਅਤੇ ਉੱਥੇ ਸ਼ਾਮਲ ਹੋਣ ਦੇ ਵਿੱਚ ਤੁਹਾਡੀਆਂ ਤਿਆਰੀਆਂ ਕਿੰਨੇ ਦਿਨਾਂ ਤੋਂ ਸੀ, ਅਤੇ ਉੱਥੇ ਜਾ ਕੇ ਜਿਹੜਾ ਸ਼ਾਮਲ ਹੋਣਾ, ਉਹਨਾਂ ਤਿਆਰੀਆਂ ਵਿੱਚ ਤੁਸੀਂ ਉੱਥੇ ਕਿਸ ਤਰ੍ਹਾਂ ਦਾ ਕਿਹੜਾ ਰੂਪ ਪ੍ਰਗਟ ਕਰਨਾ ਜਾਂ ਕਿਸ ਤਰ੍ਹਾਂ ਦਾ ਸਮਰਥਨ ਦੇਣਾ, ਅੱਗੇ ਵਾਪਸ ਲੌਟ ਕੇ ਕਲਕੱਤੇ ਵਿੱਚ ਜਾਗਰਤੀ ਕਿਸ ਤਰ੍ਹਾਂ ਲੈ ਕੇ ਆਉਣੀ ਹੈ ਜੀ? ਇਹ ਕਲਕੱਤੇ ਵਿੱਚ ਜਾਗਰਤੀ ਲਿਆਉਣ ਵਾਸਤੇ ਤਾਂ ਲੋੜ ਹੈ ਪ੍ਰਚਾਰ ਕਰਨ ਦੀ, ਜੋ ਆਪਾਂ ਨੂੰ ਗੁਰੂ ਸਾਹਿਬ ਨੇ ਦੱਸਿਆ। ਇਹ ਨਹੀਂ ਵੀ ਮਨਮਤ ਦਾ ਪ੍ਰਚਾਰ ਕਰੀਏ ਜੋ ਅੱਜ ਤਾਈਂ ਕਲਕੱਤੇ 'ਚ ਹੁੰਦਾ ਰਿਹਾ, ਅਤੇ ਬਾਕੀ ਜਿਹੜਾ ਮੋਰਚੇ ਹੈਗਾ ਆਪਾਂ ਦਾ ਸਮਰਥਨ ਕਰਨਾ ਜੀ, ਮੰਡ ਸਾਹਿਬ ਬੈਠੇ ਨੇ ਉੱਥੇ, ਸਾਰਾ ਪੰਥ ਬੈਠਾ, ਤਾਂ ਆਪਾਂ ਪੰਥ ਦੇ ਨਾਲ ਜਾ ਰਹੇ ਹਾਂ, ਅਤੇ ਸਾਰਿਆਂ ਨੂੰ ਜਾਣਾ ਚਾਹੀਦਾ, ਜੋ ਅਜੇ ਤਾਈਂ ਨਹੀਂ ਵੀ ਪਹੁੰਚੇ ਉਹਨਾਂ ਨੂੰ ਵੀ ਪਹੁੰਚਣਾ ਚਾਹੀਦਾ, ਅਤੇ ਬਾਕੀ ਜੋ ਉਹਨਾਂ ਨੇ ਮੰਗਾਂ ਰੱਖੀਆਂ ਸਾਡੀ ਉਹਨਾਂ ਵਾਸਤੇ ਹੀ ਉਸੇ ਦ੍ਰਿੜ ਕਰਾਂਗੇ ਅਸੀਂ ਉਹਨਾਂ ਨੂੰ।
ਉੱਥੇ ਦੋ ਚਾਰ ਤਾਂ ਪੁਲਿਸ ਮੁਲਾਜ਼ਮ ਹਨ ਜਿਹੜੇ ਜਿਨ੍ਹਾਂ ਨੇ ਬਹਿਬਲ ਕਲਾਂ ਵਿੱਚ ਗੋਲੀਆਂ ਮਾਰ ਕੇ ਨਿਹੱਥੇ ਦੋ ਸਿੰਘਾਂ ਨੂੰ ਗੋਲੀ ਨਾਲ ਮਾਰ ਦਿੱਤਾ ਗਿਆ ਸੀ, ਸ਼ਹੀਦ ਕਰ ਦਿੱਤਾ ਸੀ। ਦੂਸਰਾ ਕਹਿੰਦੇ ਹਨ ਡੇਰਾ ਸੱਚਾ ਸੌਦਾ ਦੇ ਉਹ ਸ਼ੱਕੀ ਸ਼ਰਧਾਲੂ ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ। ਤੁਹਾਨੂੰ ਕੀ ਲੱਗਦਾ ਇਹ ਇਨਸਾਫ ਸਾਨੂੰ ਸਰਕਾਰ ਤੋਂ ਮਿਲ ਜਾਏਗਾ, ਜਿੱਥੇ ਕਿ 84 ਦੇ ਦੰਗਿਆਂ ਦਾ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ? ਤੁਹਾਡੀ ਉਮੀਦ ਕੀ ਕਹਿੰਦੀ ਹੈ? ਸਿੱਖਾਂ ਨੂੰ ਇਨਸਾਫ ਨਾ ਤਾਂ ਕਿਸੇ ਸਰਕਾਰ ਨੇ ਦਿੱਤਾ ਅਤੇ ਨਾ ਦੇਣਾ, ਇਹ ਤਾਂ ਇਨਸਾਫ ਆਪਾਂ ਨੂੰ ਲੈਣਾ ਪੈਣਾ। ਜੋ ਜਥੇਦਾਰ ਸਾਹਿਬ ਗਾਂਹ ਹੁਕਮ ਕਰਨਗੇ ਉਸ 'ਤੇ ਆਪਾਂ ਪਹਿਰਾ ਦੇਣਗੇ। ਫਿਲਹਾਲ ਹੁਕਮ ਸ਼ਾਂਤਮਈ ਦਾ ਤਾਂ ਸ਼ਾਂਤਮਈ ਹੈ, ਜਿਵੇਂ ਜਥੇਦਾਰ ਸਾਹਿਬ ਕਹਿਣਗੇ ਤਾਂ ਸਖ਼ਤ ਪਹਿਰਾ ਵੀ ਦੇਣ ਨੂੰ ਸੰਗਤਾਂ ਤਿਆਰ ਨੇ। ਕਲਕੱਤੇ ਦਾ ਸਾਰਾ ਸਿੱਖ ਸਮਾਜ ਤੁਹਾਡੇ ਇਸ ਮੋਰਚੇ ਨੂੰ ਲੈ ਕੇ ਉਤਸ਼ਾਹਿਤ ਹੈ, ਤੁਹਾਡੇ ਨਾਲ ਹੈ, ਸਮਰਥਿਤ ਹੈ। ਜਿਹੜਾ ਮੈਸੇਜ ਤੁਸੀਂ ਜਾ ਰਹੇ ਹੋ, ਤੁਸੀਂ ਜਿੰਨੇ ਕੁ ਵੀ ਜਾ ਰਹੇ ਹੋ ਉਹਨਾਂ ਦੇ ਪਿੱਛੇ ਤੁਸੀਂ ਇੱਕ ਮੈਸੇਜ ਵੀ ਛੱਡ ਕੇ ਜਾ ਰਹੇ ਹੋ ਆਪਣੇ ਜਿਹੜੇ ਵਸਦੇ ਸਿੱਖ ਸਮਾਜ ਹੈ ਉਹਨਾਂ ਦੇ ਬਾਰੇ, ਤੁਸੀਂ ਅਕਾਲ ਚੈਨਲ ਦੇ ਰਾਹੀਂ ਕੀ ਮੈਸੇਜ ਦੇਣਾ ਚਾਹੋਗੇ? ਆਪਣੇ ਵਸਦੇ ਜਿਹੜਾ ਆਪਾਂ ਭਾਈਚਾਰਾ ਪੰਜਾਬ ਤੋਂ ਬਾਹਰ ਵੱਸਦਾ ਹੈ, ਭਾਵੇਂ ਉਹ ਕਿਸੇ ਵੀ ਸਟੇਟ 'ਚ ਆ, ਉਹਨੂੰ ਅਕਾਲ ਤਖ਼ਤ ਦੇ ਥੱਲੇ ਇਕੱਠੇ ਹੋਣ ਦੀ ਬਹੁਤ ਸਖ਼ਤ ਲੋੜ ਹੈ। ਇੱਕੋ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਣਾ ਅੱਜ ਦੀ ਲੋੜ ਹੈ। ਅਤੇ ਇਹੀ ਹੈਗਾ ਆਪਣਾ ਸਾਰਿਆਂ ਨੂੰ ਮੈਸੇਜ ਕਿ ਸਾਰੇ ਜਣੇ ਇੱਕਜੁੱਟ ਹੋ ਕੇ ਆਪਾਂ ਹੱਲਾ ਮਾਰੀਏ ਅਤੇ ਆਪਾਂ ਨੂੰ ਜੋ ਆਪਣੇ ਮੰਗਾਂ ਹੈਗੀਆਂ ਉਹਨਾਂ ਨੂੰ ਪੂਰਾ ਕਰਵਾਈਏ। ਸਾਡੇ ਵਿਚਕਾਰ ਸਰਦਾਰ ਇੰਦਰਜੀਤ ਸਿੰਘ ਜੀ ਹੈਪੀ, ਜਿਨ੍ਹਾਂ ਨੇ ਬਹੁਤ ਸੌਖੀ ਜ਼ਬਾਨ ਦੇ ਵਿੱਚ ਇੱਕ ਗੱਲ ਕਹਿ ਦਿੱਤੀ ਹੈ ਕਿ ਇਨਸਾਫ ਸਾਨੂੰ ਸ਼ਾਇਦ ਨਾ ਮਿਲੇ ਪਰ ਅਸੀਂ ਆਪਣੇ ਢੰਗ ਨਾਲ ਇਨਸਾਫ ਲੈ ਲਵਾਂਗੇ। ਸਿੱਖਾਂ ਦਾ ਇਤਿਹਾਸ ਰਿਹਾ ਹੈ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਦੇ ਸਮੇਂ ਤੱਕ ਵੀ। 1764 ਦੇ ਵੇਲੇ ਜਦੋਂ ਅਬਦਾਲੀ ਹਮਲਾ ਕਰਿਆ ਕਰਦਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਵੀ, ਮਹਾਰਾਜਾ ਰਣਜੀਤ ਸਿੰਘ ਜੀ ਤੋਂ ਲੈ ਕੇ ਵੀ ਹੁਣ ਤੱਕ ਦੀਆਂ ਅੰਗਰੇਜ਼ ਸਰਕਾਰਾਂ ਤੱਕ ਵੀ 84 ਦਾ ਵੀ ਅਸੀਂ ਹਾਦਸਾ ਨਹੀਂ ਭੁੱਲੇ ਹੋਏ। ਸਿੱਖਾਂ ਨੇ ਆਪਣੇ ਹੱਕ ਆਪ, ਆਪਣੇ ਇਨਸਾਫ ਆਪ ਲਏ ਹਨ। ਇਹ ਜੁਝਾਰੂ ਕੌਮ ਜਿਹੜੀ ਹੈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਹੈ ਜਿਹੜਾ ਆਪ ਸਾਰੇ ਦੇਖ ਰਹੇ ਹੋ। ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਵੀ ਪਰਿਵਾਰ ਨੂੰ ਯਤੀਮ ਅਤੇ ਅਨਾਥ ਕਿਸੇ ਦੇ ਸਹਾਰੇ ਰਹਿਣ ਨੂੰ ਨਹੀਂ ਦਿੱਤਾ। ਗੁਰੂ ਸਾਹਿਬ ਨੇ ਪੰਥ ਦੇ ਨਾਲ ਜੁੜਨ ਲਈ ਕਿਹਾ, ਸਾਰਾ ਪੰਥ ਦੇ ਨਾਲ ਜੁੜਿਆ ਹੋਇਆ ਸਾਰਾ ਸਮਾਜ ਹੈ। ਮੈਂ ਕੈਮਰੇ ਨੂੰ ਇੱਕ ਵਾਰ ਸਾਰੇ ਜਿੰਨੇ ਵੀ ਇੱਥੇ ਜੱਥੇ ਹਨ ਉਹਨਾਂ 'ਤੇ ਨਿਗਾਹ ਮਾਰਨ ਲਈ ਕਹਾਂਗਾ ਅਤੇ ਉਸ ਤੋਂ ਬਾਅਦ ਪੰਥ ਦੀ ਏਕਤਾ, ਪੰਥ ਜੀ ਜੈ ਜੈਕਾਰ, ਪੰਥ ਕੀ ਜੀਤ, ਚੜ੍ਹਦੀ ਕਲਾ ਦੇ ਵਿੱਚ ਜਿੰਨਾ ਵੀ ਸਾਡਾ ਇੱਥੇ ਸਿੱਖ ਸਮਾਜ ਬੈਠਾ ਹੈ, ਕਿਉਂਕਿ ਅਸੀਂ ਸੋਗ ਨਹੀਂ ਮਨਾਉਣਾ। ਗੁਰੂਆਂ ਨੇ ਵੀ ਸਾਨੂੰ ਕਿਹਾ ਸੀਗਾ ਕਿ ਅਸੀਂ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੈ, ਕਿਉਂਕਿ ਗੁਰੂ ਸਾਹਿਬ ਕਹਿੰਦੇ ਹਨ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਇਹ ਸਾਰੀ ਗੱਲ ਇੱਕ ਵਾਰਤਾ ਸਾਡੇ ਤੋਂ ਧੁਰ ਲਿਖੀ ਹੋਈ ਹੈ। ਇਸ ਲਈ ਜਿਹੜੀ ਪੰਥ ਦੀ ਜੈ ਜੈਕਾਰ ਹੈ, ਜਿਹੜੀ ਚੜ੍ਹਦੀ ਕਲਾ ਹੈ, ਉਹਦੇ ਵਿੱਚ ਤੁਹਾਡੇ ਵਿੱਚੋਂ ਸਿੰਘ ਅਜੇ ਏਕਤਾ ਦਾ ਸਬੂਤ ਦੇ ਕੇ ਜੈਕਾਰਾ ਜ਼ਰੂਰ ਲਗਾਉਣਗੇ। ਉਹ ਜੈਕਾਰਾ ਲਾਈਵ ਟੈਲੀਕਾਸਟ ਵਿੱਚ ਦਰਸ਼ਕਾਂ ਨੂੰ ਵੀ ਮਹਿਸੂਸ ਹੋਵੇਗਾ ਕਿ ਇੱਥੇ ਕਲਕੱਤੇ ਦੇ ਏਅਰਪੋਰਟ ਤੋਂ ਚੱਲ ਰਹੇ ਸਿੰਘ ਕਿੰਨੇ ਉਤਸ਼ਾਹਿਤ ਹਨ, ਕਿੰਨੇ ਜੋਸ਼ ਵਾਲੇ ਹਨ ਅਤੇ ਕਿੰਨਾ ਆਪਣੇ ਪੰਥ ਨੂੰ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪਿਆਰ ਕਰਦੇ ਹਨ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਯਾਦ ਰੱਖੋ, ਜਨਮ ਸੰਸਕਾਰ, ਜੀਵਨ ਸੰਸਕਾਰ, ਆਨੰਦ ਸੰਸਕਾਰ ਅਤੇ ਮਰਨ ਸੰਸਕਾਰ ਨਾਲ ਜੁੜੀ ਹੈ। ਜਿੱਥੇ ਅਸੀਂ ਪੈਦਾ ਹੋ ਕੇ ਸਾਡੀ ਅਰਦਾਸ ਗੁਰੂ ਗ੍ਰੰਥ ਸਾਹਿਬ ਸਾਹਮਣੇ ਹੁੰਦੀ ਹੈ, ਮਰਨੋ ਉਪਰੰਤ ਵੀ ਸਾਡੀ ਅਰਦਾਸ ਗੁਰੂ ਗ੍ਰੰਥ ਸਾਹਮਣੇ ਹੀ ਹੁੰਦੀ ਹੈ। ਇਸੇ ਕਰਕੇ ਸਾਡਾ ਗੁਰੂ ਜੀਵਨ ਅਤੇ ਮਰਨ ਦੋਹਾਂ ਧਿਰਾਂ ਦੇ ਨਾਲ ਜੁੜਿਆ ਹੋਇਆ ਹੈ। ਅਸੀਂ ਆਪਣੇ ਗੁਰੂ ਦੇ ਸਨਮਾਨ ਤੋਂ ਇੱਕ ਇੰਚ ਵੀ ਥੱਲੇ ਕੋਈ ਵੀ ਬਾਰਗਨਿੰਗ ਨਹੀਂ ਕਰਾਂਗੇ। ਹੈਪੀ ਵੀਰ ਜੀ ਨੇ ਜਿਹੜਾ ਸੰਦੇਸ਼ ਦਿੱਤਾ ਹੈ ਸਾਡੇ ਨਾਲ, ਜਿੱਤੀ ਵੀਰ ਜੀ ਆ, ਉਹਨਾਂ ਨੇ ਵੀ ਪੰਥਕ ਹਾਲਾਤਾਂ ਦੇ ਬਾਰੇ ਆਪਣੇ ਹਾਲਾਤ ਦੱਸੇ ਹਨ। ਸਰਦਾਰ ਚੇਤਨ ਸਿੰਘ ਜੀ ਸਾਡੇ ਸਨਮੁੱਖ ਬੈਠੇ ਹਨ, ਇੱਕ ਵਾਰ ਫਤਿਹ ਦੀ ਸਾਂਝ ਉਹਨਾਂ ਨਾਲ ਕਰ ਲਈਏ ਕਿਉਂਕਿ ਜਥੇਦਾਰੀ ਦੇ ਰੂਪ ਦੇ ਵਿੱਚ ਅਗਵਾਈ ਉਹੀ ਕਰ ਰਹੇ ਹਨ। ਇੱਕ ਵਾਰ ਅਕਾਲ ਚੈਨਲ ਦੇ ਵਿੱਚ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਸ਼ਬਦ ਸਿਰਫ ਪਿਆਰ ਭਰੇ ਕਹਿ ਦਿਓ ਇਸ ਜਥੇ ਦੀ ਚੜ੍ਹਦੀ ਕਲਾ ਵਿੱਚ ਜੋ ਤੁਹਾਡੇ ਮਨ ਵਿੱਚ ਆ ਰਹੇ ਹਨ। ਜਥੇ ਦੀ ਚੜ੍ਹਦੀ ਕਲਾ ਰਹੂਗੀ ਤਾਂ ਰੱਖਾਂਗੇ। ਬਹੁਤ ਛੋਟੇ ਜਿਹੇ ਸ਼ਬਦਾਂ ਵਿੱਚ ਚੜ੍ਹਦੀ ਕਲਾ ਦਾ ਇਹਨਾਂ ਨੇ ਜੈਕਾਰਾ ਕੀਤਾ। ਹੁਣ ਮੈਂ ਬੇਨਤੀ ਕਰਾਂਗਾ ਜਿਹੜੇ ਮਰਜ਼ੀ ਉੜੇ ਸਿੱਖ ਇੱਕ ਇਕੱਠ ਵਿੱਚ ਆ ਕੇ ਇੱਕ ਜੈਕਾਰਾ ਬੁਲੰਦ ਕਰੋ ਜੀ, ਤਾਂ ਕਿ ਮੈਂ ਮਾਈਕ ਨੇੜੇ ਕਰਦੇ ਰਿਹਾ। ਇਹ ਅਕਾਲ ਚੈਨਲ ਦੇ ਸਮੂਹ ਦਰਸ਼ਕ ਜਿਹੜੇ ਲਾਈਵ ਟੈਲੀਕਾਸਟ ਵੀ ਦੇਖ ਰਹੇ ਹਨ ਉਹ ਵੀ ਦੇਖਣ ਕਿ ਕਿਸ ਤਰ੍ਹਾਂ ਇੱਥੇ ਏਅਰਪੋਰਟ ਦੇ ਵਿੱਚ ਸਿੱਖਾਂ ਦੀ ਏਕਤਾ ਬੁਲੰਦ ਜੈਕਾਰੇ ਦੇ ਵਿੱਚ ਆਪਣੀ ਏਕਤਾ ਦਾ ਪਰਿਚੈ ਦਿੰਦੀ ਹੈ। ਬੋਲੇ ਸੋਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਕਾਰਯੋਗ ਸਤ ਸੰਗਤ ਜੀ, ਅਸੀਂ ਫਿਰ ਬੇਨਤੀ ਕਰਾਂਗੇ, ਤੁਸੀਂ ਜਿੱਥੇ ਵੀ ਬੈਠੇ ਹੋ ਆਓ ਬਰਗਾੜੀ ਚੱਲੀਏ, ਆਓ ਬਰਗਾੜੀ ਨਾਲ ਜੁੜੀਏ, ਆਓ ਜਥੇਦਾਰ ਧਿਆਨ ਸਿੰਘ ਮੰਡ ਜੀ ਦੇ ਨਾਲ ਆਪਣੇ ਹੱਥ 'ਤੇ ਹੱਥ ਮਿਲਾਈਏ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਦਵਾਈਏ, ਆਓ ਸਰਕਾਰਾਂ ਨੂੰ ਹਲੂਣਾ ਦਈਏ, ਵਿਧਾਨ ਸਭਾਵਾਂ ਨੂੰ ਹਲੂਣਾ ਦਈਏ, ਅਸੀਂ ਦੱਸ ਦਈਏ ਕਿ ਸਿੱਖ ਆਪਣੇ ਘਰਾਂ ਵਿੱਚ ਸ਼ਾਂਤ ਨਹੀਂ ਬੈਠਾ, ਬਰਗਾੜੀ ਨਾਲ ਜੁੜਿਆ ਹੋਇਆ ਹੈ। ਇੰਨੇ ਕੁ ਸ਼ਬਦਾਂ ਦੇ ਨਾਲ ਕਿਰਨਜੀਤ ਸਿੰਘ ਕਲਕੱਤੇ ਤੋਂ ਅਕਾਲ ਚੈਨਲ ਦੇ ਰਾਹੀਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਬੋਲੇ।